ਡੀ ਪੰਜਾਬੀ ਦੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਰੀਮਾ ਖਬਰਾਂ ਦੀਆਂ ਸੁਰਖੀਆਂ ਜੋ ਅਸੀਂ ਦੇਖਦੇ ਹਾਂ ਪੜ੍ਹਦੇ ਹਾਂ ਸੁਣਦੇ ਹਾਂ ਇਹ ਸੁਰਖੀਆਂ ਆਪਣੇ ਅੰਦਰ ਕਈ ਤੱਥ ਲੁਕੋ ਕੇ ਰੱਖਦੀਆਂ ਨੇ ਇਹਨਾਂ ਤੱਥਾਂ ਨੂੰ ਜਾਗਰੂਕ ਕਰਦੇ ਨੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਮਾਹਰ ਮਹਿਮਾਨ ਔਰ ਅੱਜ ਇਸ ਨਾ ਖਬਰਾਂ ਦੀ ਸਾਰ ਲੈਣ ਦੇ ਲਈ ਅਸੀਂ ਆਪਣੀ ਸਟੂਡੀਓ ਚ ਉਚੇਚੇ ਤੌਰ ਤੇ ਸੱਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀ ਦੂਤੁਰਾ ਨੂੰ ਆਹ ਉਹਨਾਂ ਦਾ ਸਵਾਗਤ ਕਰਦੇ ਆ ਰਕੇਸ਼ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ ਮਿਹਰਬਾਨੀ ਜੀ ਰਕੇਸ਼ ਜੀ ਗੱਲ ਕਰ ਲੈਣੇ ਅੱਜ ਦੀ ਪਹਿਲੀ ਖਬਰ ਦੀ ਜਿਨੇ ਸਾਡਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ ਖਬਰ ਹੈ ਜੀ UN ਦੀ 75ਵੀਂ ਵਰੇਗਣ ਦੇ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ UN ਆਪਣੀ ਪਰੂਸਯੋਗਤਾ ਗਵਾਰਿਆ ਸੰਕਟ ਦੇ ਵਿੱਚ ਹੈ ਪਰੂਸਯੋਗਤਾ ਔਰ ਹੁਣ ਸੁਧਾਰ ਦੀ ਲੋੜ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੱਚੀ ਸੁਧਾਰ ਦੀ ਲੋੜ ਹੈ ਹ ਰੀਮਾ ਜੀ ਇਸ ਤਰ੍ਹਾਂ ਹੈ ਕਿ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੀ ਇਹ ਜਿਹੜਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ 75ਵੀਂ ਵਰ੍ਹੇਗੰਢ ਜਿਹੜੀ ਹੈ ਉਹਦੀ ਮਨਾਈ ਜਾ ਰਹੀ ਹੈ। ਔਰ ਉਹਦੇ ਵਿੱਚ ਕੱਲ ਇੱਕ ਉਹਨਾਂ ਦਾ ਜਿਹੜਾ ਰਿਕਾਰਡਡ ਵਰਚੂਅਲੀ ਜਿਹੜਾ ਮਤਲਬ ਉਹਨਾਂ ਦਾ ਐਡਰੈਸ ਹੈ ਉਹ ਯੂਨੋ ਦੇ ਵਿੱਚ ਉੱਥੇ ਇਹਦੇ ਸਾਡੇ ਜਿਹੜੇ سفੀਰ ਨੇ ਜੀ ਉਹਨਾਂ ਨੇ ਉੱਥੇ ਉਹ ਰਿਕਾਰਡਡ ਚਲਾਇਆ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਜਿਹੜੀ ਗੱਲ ਤੁਸੀਂ ਕਹੀ ਹੈ। ਜੀ ਇਹ ਸਾਰੀ ਗੱਲ ਨੂੰ ਜਦੋਂ ਅਸੀਂ ਦੇਖਦੇ ਆਂ ਤਾਂ ਜਦੋਂ ਅਸੀਂ ਯੂਨੋ ਦਾ ਇਤਿਹਾਸ ਦੇਖਦੇ ਆਂ ਯੂਨੋ ਦੇ ਜਿਹੜੀ ਮਤਲਬ ਭੂਮਿਕਾ ਦੇਖਦੇ ਆਂ ਜਿੱਥੇ ਅਸੀਂ ਜਿਹੜੀ ਇਹਦੀ ਸਕਾਰਾਤਮਕ ਭੂਮਿਕਾ ਨੂੰ ਦੇਖਦੇ ਆਂ ਉੱਥੇ ਅਸੰਤੁਸ਼ਟਤਾ ਨੂੰ ਵੀ ਲੈ ਕੇ ਕਿ ਜਿਹੜੀ ਬਾਕੀ ਮੁਲਕਾਂ ਜਿਸ ਜਿਸ ਇਹਨੂੰ ਜਿਸ ਉਦੇਸ਼ ਲਈ ਬਣਾਇਆ ਗਿਆ ਸੀ ਜਦੋਂ ਅਸੀਂ ਉਹਨਾਂ ਉਦੇਸ਼ਾਂ ਦੇ ਉੱਤੇ ਕਈ ਵਾਰੀ ਨਜ਼ਰਅਸਾਨੀ ਕਰਦੇ ਆਂ ਤਾਂ ਸਾਨੂੰ ਐਸਾ ਲੱਗਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੀ ਅੱਜ ਦੇ ਸੰਦਰਭ 'ਚ ਗੱਲ ਕੀਤੀ ਹੈ ਜਿਹੜੀ ਆਧੁਨਿਕ ਕਾਲ ਦੇ ਵਿੱਚ ਕੀਤੀ ਹੈ ਉਹ ਕਾਫੀ ਮਾਇਨੇ ਰੱਖਦੀ ਹੈ ਕਿਉਂਕਿ ਭਾਰਤ ਵੀ ਕਿਸੇ ਵੇਲੇ ਐਡਾ ਵੱਡਾ ਮੁਲਕ ਹੈ ਦੁਨੀਆ ਨੂੰ ਜਿਹੜਾ ਲੀਡ ਕਰਨ ਵਾਲੇ ਮੁਲਕਾਂ ਚ ਸ਼ਾਮਲ ਹੈ ਤਾਂ ਪ੍ਰਧਾਨ ਮੰਤਰੀ ਨੇ ਜਿਹੜੀ ਇਹ ਗੱਲ ਕੀਤੀ ਹੈ ਇਹ ਇਸ ਦੌਰ ਜਦੋਂ ਅਸੀਂ ਕੋਵਿਡ ਦੇ ਦੌਰ ਤੋਂ ਜਦੋਂ ਜਿਹੜੀ ਅੰਤਰਰਾਸ਼ਟਰੀ ਕਮੰਤਰੀ ਜਿਹੜੀ ਮਹਾਮਾਰੀ ਦੇ ਸੰਕਟ ਚੋਂ ਲੰਘ ਰਹੇ ਆ ਉਹਦੇ ਵਿੱਚ ਵੀ ਜਿਹੜਾ ਯੂਨੋ ਦੇ ਜਿਹੜੀ ਭੂਮਿਕਾ ਹੈ ਉਹਨੂੰ ਲੈ ਕੇ ਕਿਤੇ ਨਾ ਕਿਤੇ ਪ੍ਰਸ਼ਨ ਚਿੰਤ ਸਵਾਲ ਖੜੇ ਕੀਤੇ ਗਏ ਆ ਜੀ ਤਾਂ ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਜਿਹੜਾ ਜ਼ਿਕਰ ਕੀਤਾ ਵੀ ਇਹ ਜਿਹੜੀ ਗੱਲ ਇਹ ਆ ਕਿ ਇਸ ਵੇਲੇ ਯੂਨੋ ਔਰ ਜਿਹੜੇ ਬਹੁਤ ਸਾਰੇ ਜਿਹੜੇ ਦੇਸ਼ ਆ ਉਹਨਾਂ ਦੋਨਾਂ ਦੇ ਵਿੱਚ ਆਪਸ ਈਵਨ ਯੂਨੋ ਦੇ ਮੈਂਬਰਸ ਵੀ ਔਰ ਜਿਹੜਾ ਮੁਲਕ ਜਿਹੜੇ ਯੂਨੋ ਜਿਹੜਾ ਪੂਰੀ ਮੁਲਕ ਜਿਹੜੀ ਪੂਰੀ ਦੁਨੀਆ ਨੂੰ ਦੇਖਣ ਦਾ ਉਹਦੀ ਉਹਦੀ ਭਲਾਈ ਲਈ ਕੰਮ ਕਰਨ ਦੀ ਗੱਲ ਕਰਦਾ ਉਹਨਾਂ ਨੇ ਕਿਹਾ ਵੀ ਜਿਹੜੇ ਮੁਲਕ ਨੇ ਔਰ ਜਿਹੜੇ ਦੋਨੋਂ ਨੇ ਇਹਨਾਂ ਦੋਨਾਂ ਦੇ ਕੋਲ ਜਿਹੜੀ ਹੈ ਵਿਸ਼ਵਾਸਨਤਾ ਦੀ ਕਮੀ ਹੈ ਯਾਨੀ ਕਿ ਇੱਕ ਦੂਸਰੇ ਦੇ ਪ੍ਰਤੀ ਜਿਹੜਾ ਵਿਸ਼ਵਾਸ ਨੂੰ ਲੈ ਕੇ ਜਿਹੜੀ ਗੱਲ ਖੜੀ ਹੁੰਦੀ ਹੈ ਔਰ ਅਸੀਂ ਜਦੋਂ ਦੂਸਰੇ ਤਰੀਕੇ ਨਾਲ ਦੇਖਦੇ ਹਾਂ ਕਿ ਜਿਹੜਾ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਕਿਹਾ ਜਾਂਦਾ ਯੂਨੋ ਕਿਹਾ ਜਾਂਦਾ ਉਹਨੂੰ ਉਹਦੇ ਤੇ ਹਲੇ ਤੱਕ ਜਿਹੜੇ ਬਹੁਤ ਵੱਡੇ ਜਿਹੜੀ ਸੁਪਰ ਪਾਵਰਸ ਕਿਸਮ ਦੀਆਂ ਜਿਹੜੇ ਮੁਲਕ ਆ ਉਹਨਾਂ ਦਾ ਗਲਬਾ ਰਿਆ ਜੀ ਸੋ ਇਸ ਕਰਕੇ ਹਲੇ ਤੱਕ ਤੁਸੀਂ ਦੇਖੋ ਨਾ ਕਿ ਭਾਰਤ ਦੀ ਅਸੀਂ ਗੱਲ ਕਰਦੇ ਆ ਤੇ ਭਾਰਤ ਕਿ ਕਿੱਡਾ ਐਡਾ ਸ਼ਕਤੀਸ਼ਾਲੀ ਐਡਾ ਵੱਡਾ ਡੈਮੋਕਰੈਟਿਕ ਜਿਹੜਾ ਮੁਲਕ ਆ ਉਹਨੂੰ ਹਲੇ ਤੱਕ ਵੀ ਜਿਹੜਾ 27 ਸਦਸਤਾ ਦੀ ਜਿਹੜੀ ਆ ਉਹ ਦੌੜ ਚ ਸ਼ਾਮਲ ਹੈ ਹੈ ਨਾ ਤੋ ਪ੍ਰਧਾਨ ਮੰਤਰੀ ਨੇ ਇਹ ਕਿਹਾ ਵੀ ਜਿਹੜਾ ਅੱਜ ਦਾ ਯੁੱਗ ਹੈ ਜੀ ਅੱਜ ਦੇ ਯੁੱਗ ਦੀਆਂ ਜਿਹੜੀਆਂ ਲੋੜਾਂ ਜਿਹੜਾ 75 ਸਾਲ ਪਹਿਲਾਂ ਦੀ ਜਿਹੜੀ ਗੱਲ ਸੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਵੀ ਜਿਹੜਾ 75 ਸਾਲ ਦੀ ਵਰੇਗੰਢ ਤੇ ਜਿਹੜਾ ਇਹ ਵਿਸ਼ਾ ਹੈ ਤੁਹਾਡਾ ਜਿਸ ਵਿਸ਼ੇ ਤੇ ਤੁਸੀਂ ਚੁਣੌਤੀ ਦੀ ਗੱਲ ਕੀਤੀ ਹੈ ਤਾਂ ਇਹ ਆਪਣੇ ਆਪ ਚ ਹੀ ਕਹਿੰਦਾ ਹੈ ਕਿ ਐਸੀਆਂ ਨਵੀਆਂ ਲੋੜਾਂ ਹੈ ਸੋ ਇਸ ਕਰਕੇ ਪ੍ਰਧਾਨ ਮੰਤਰੀ ਵੀ ਜਿਹੜੀ ਨਸੀਹਤ ਮੈਂ ਕਹੂੰਗਾ ਕਿ ਜਿਹੜੀ UN ਨੂੰ ਉਹਨਾਂ ਦਿੱਤੀ ਹੈ UN ਨੂੰ ਇਸ ਤੇ ਗੌਰ ਕਰਨਾ ਚਾਹੀਦਾ ਹੈ ਔਰ ਜਿਹੜਾ ਇੱਕ ਦੂਸਰੇ ਦੇ ਪ੍ਰਤੀ ਜਿਹੜਾ ਦੇਸ਼ਾਂ ਦੇ ਪ੍ਰਤੀ ਜਿਹੜਾ ਉਹ ਵਿਸ਼ਵਾਸ ਵਧਣਾ ਚਾਹੀਦਾ ਤਾਂ ਯੂਨੋ ਦੇ ਜਿਹੜੀ ਜਿਹੜਾ ਉਦੇਸ਼ ਹੈ ਉਹਦੀ ਜਿਹੜੀ ਬਣਤਰ ਹੈ ਉਹ ਸਾਰਥਕ ਸਿੱਧ ਹੋ ਸਕਦੀ ਹੈ ਕਿ ਉਹਦਾ ਜਿਹੜਾ ਮੰਤਵ ਜਿਸ ਮੰਤਵ ਲਈ ਬਣਾਇਆ ਗਿਆ ਉਹ ਮੰਤਵ ਤਾਂ ਹੀ ਪੂਰਾ ਹੋ ਸਕਦਾ ਬਿਲਕੁਲ ਜੀ ਰੁਕ ਕਰਦੇ ਹਾਂ ਅਗਲੀ ਖਬਰ ਦੇ ਬਾਅਦ ਅਗਲੀ ਖਬਰ ਜੁੜੀ ਹੋਈ ਹੈ ਖੇਤੀ ਆਰਡੀਨੈਂਸ ਦੇ ਨਾਲ ਤੀਜਾ ਖੇਤੀ ਆਰਡੀਨੈਂਸ ਵੀ ਬਿਨਾ ਵਿਰੋਧ ਦੇ ਪਾਸ ਹੋ ਚੁੱਕਾ ਹੈ ਜੀ ਔਰ ਜ਼ਰੂਰੀ ਵਸਤਾਂ ਸੋਦ ਬਿਲ ਵੀ ਪਾਸ ਹੋ ਚੁੱਕਾ ਹੈ ਰਾਜ ਸਭਾ ਦੇ ਵਿੱਚ ਜਿਦੇ ਵਿੱਚ ਅਨਾਜ ਤੇਲ ਪਿਆਜ਼ ਆਲੂ ਇਹਨਾਂ ਇਹਨਾਂ ਨੂੰ ਸਭ ਨੂੰ ਲੋੜੀਂਦੀਆਂ ਵਸਤਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਕੀ ਇਹ ਪਹਿਲਾਂ ਲੋੜੀਂਦੀਆਂ ਵਸਤਾਂ ਨਹੀਂ ਸੀ ਅਰਿਮ ਜਿਸ ਤਰ੍ਹਾਂ ਕੀ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਸਾਰੇ ਆਰਡੀਨੈਂਸ ਪਾਸ ਕਰ ਦਿੱਤੇ ਗਏ ਹਨ ਤਾਂ ਇਹ ਆਪਣੇ ਆਪ 'ਚ ਇੱਕ ਬੜੀ ਵੱਡੀ ਗੱਲ ਹੈ ਜੀ ਔਰ ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਵੀ ਤੁਹਾਨਾਂ ਦੇ ਨਾਲ ਵੀ ਸਾਂਝ ਕਰਨੀ ਚਾਹਾਂਗਾ ਕਿ ਰਾਜ ਸਭਾ ਦੇ ਵਿੱਚ ਕੱਲ 3 ਘੰਟੇ 'ਚ 7 ਬਿੱਲ ਪਾਸ ਹੋਏ ਜੀ ਬਿਲਕੁਲ ਔਰ ਇਹ ਆਪਣੇ ਆਪ 'ਚ ਰਾਜ ਸਭਾ 'ਚ ਕਹਿੰਦੇ ਕਿ ਇਤਿਹਾਸ ਰਚਿਆ ਗਿਆ ਜੀ ਜੀ ਤਾਂ ਜਦੋਂ ਅਸੀਂ ਅਗਰ ਇਸ ਗੱਲ ਨੂੰ ਅਸੀਂ ਕਿਸੇ ਆਲੋਚਨਾ ਦੇ ਪੱਖ ਤੋਂ ਹਟ ਕੇ ਦੇਖਦੇ ਹਾਂ ਜੀ ਜੀ ਤੇ ਕਿੰਡੀ ਵੱਡੀ ਪੂਰੀ ਦੁਨੀਆ ਤੇ ਕੈਸਾ ਅਸਰ ਹੋਏਗਾ ਜਦੋਂ ਅਗਰ ਉਸ ਸਾਡੀ ਜਿਹੜੀ ਇਸ ਬਦੜੀ ਕਾਰਵਾਈ ਹੈ ਜੀ ਉਹਦੇ ਤੋਂ ਜਾਣੂ ਨਾ ਹੋਵੇ ਕੋਈ ਤਾਂ ਕਹੇਗਾ ਕਿ ਹਿੰਦੁਸਤਾਨ ਭਾਰਤ ਕਿੱਡਾ ਵੱਡਾ ਕਿੱਡਾ ਅੱਛਾ ਲੋਕਤੰਤਰ ਹੈ ਜਿੱਥੇ ਐਡੇ ਅਹਿਮ ਬਿਲ ਵੀ ਜਿਹੜੇ ਆ ਉਹ ਬਿਨਾਂ ਚਰਚਾ ਦੇ ਛੇਤ ਪਾਸ ਹੋ ਜਾਂਦੇ ਆ ਜੀ ਜੀ ਪਰ ਜਦੋਂ ਤੁਸੀਂ ਕਹੇ ਕਿ ਬਿਨਾਂ ਵਿਰੋਧ ਹੋ ਗਿਆ ਤੱਥ ਇਹਦੇ ਉਲਟਾ ਹੈ ਕਿ ਵਿਰੋਧ ਤਾਂ ਹੋਇਆ ਵਿਪੱਖ ਨੇ ਬਾਈਕਾਊਟ ਕੀਤਾ ਹੈ ਨਾ ਤਾਂ ਉਹ ਜਿਹੜੇ ਬਿਲ ਜਿਹੜੇ ਆ ਇਹਨੂੰ ਇਸ ਤਰ੍ਹਾਂ ਕਿਹਾ ਜਾਣਾ ਕਿ ਬਿਨਾਂ ਵਿਰੋਧ ਦੇ ਪੇਸ਼ ਹੋ ਗਏ ਇਹ ਨਹੀਂ ਕਿਹਾ ਜਾਣਾ ਚਾਹੀਦਾ ਮੈਨੂੰ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਕਿਉਂਕਿ ਸਰਕਾਰ ਦੇ ਕੋਲ ਜਿਹੜਾ ਉਹ ਜਿਹੜੀ ਜਿਹੜੀ ਨੰਬਰ ਦੀ ਲੋੜ ਹੈ ਅੰਦਰ ਪਾਰਲੀਮੈਂਟ ਦੇ ਵਿੱਚ ਉਹ ਨਾਲ ਕੋ ਹੈਗਾ ਪਾਸ ਕਰਾਉਣ ਜੂਗਾ ਸੋ ਉਹਨਾਂ ਨੇ ਉਸ ਨੰਬਰ ਦਾ ਲਾ ਲੈਂਦਿਆ ਹੋਇਆ ਉਹਨੂੰ ਪਾਸ ਕਰਾ ਲਿਆ ਅੱਛਾ ਇਹ ਇੱਕ ਅਲੱਗ ਬੈਸਾ ਵੀ ਉਹਨਾਂ ਬਿੱਲਾਂ ਦੇ ਉੱਪਰ ਜਿਹੜਾ ਅੱਜ ਪੂਰੇ ਦੇਸ਼ 'ਚ ਮਾਹੌਲ ਬਣਿਆ ਕਿਸਾਨ ਸੜਕਾਂ ਤੇ ਨੇ ਵਿਪੱਖਸ਼ ਦਾ ਵੀ ਰੌਲਾ ਪੈ ਰਿਹਾ ਵੀ ਉਹ ਇੱਕ ਅਲੱਗ ਵਿਸ਼ਾ ਹੈ ਵੀ ਉਹਦੇ 'ਚ ਕੀ ਕੂਣਤਾਈਆਂ ਨੇ ਕੀ ਵਧੀਆ ਨੇ ਸਰਕਾਰ ਦਾ ਇਹ ਦੇ ਮਗਰ ਇਹ ਹੈ ਕਿ ਸਰਕਾਰ ਦਾ ਜਿਹੜੀ ਮੂਲ ਭਾਵਨਾ ਹੈ ਸਰਕਾਰ ਦਾ ਇਹ ਦੇ ਮਗਰ ਜਿਹੜਾ ਮੂਲ ਸਿਧਾਂਤ ਹੈ ਉਹ ਕਿਸਾਨ ਦੀ ਭਲਾਈ ਦੀ ਗੱਲ ਹੈ ਪਰ ਜਦੋਂ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਵੀ ਕੀ ਇਹ ਅੱਗੇ ਐਸੈਂਸ਼ੀਅਲ ਕਮ ਸੀ ਸੀ ਜੀ ਬਸਾ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਵੇਲੇ ਸਰਕਾਰ ਆਈ ਸੀ ਤੇ ਜਿਹੜਾ ਪਿਆਜ਼ ਔਰ ਆਲੂ ਦੀ ਅਸੀਂ ਗੱਲ ਕਰਦੇ ਪਿਆਜ਼ ਦੀ ਖਾਸ ਤੌਰ ਤੇ ਉਸ ਵੇਲੇ ਸਰਕਾਰ ਨੇ ਆਪ ਕਿਹਾ ਸੀ ਵੀ ਅਸੀਂ ਇਹਨੂੰ ਜਿਹੜਾ ਅਸੈਂਸ਼ੀਅਲ ਕਮੋਡਿਟੀਆਂ ਚ ਲਿਆਉਣਾ ਕਿਉਂਕਿ ਕਈ ਵਾਰੀ ਕੀ ਹੈ ਪਿਆਜ਼ ਲਈ ਬੜੀ ਬੜੀਆਂ ਸਰਕਾਰਾਂ ਉਲਟੀਆਂ ਰੇਟ ਨੇ ਹਾਂ ਤਾਂ ਉਸ ਵੇਲੇ ਇਹ ਵੀ ਕਿਹਾ ਸੀ ਸਰਕਾਰ ਨੇ ਵੀ ਅਸੀਂ ਜਿਹੜੀਆਂ ਐਸੀਆਂ ਟ੍ਰੇਨਸ ਚਲਾਵਾਂਗੇ ਜਿਹੜੀਆਂ ਮਤਲਬ ਏਅਰ ਕੰਡੀਸ਼ਨ ਹੋਣ ਗਿਆ ਸਬਜ਼ੀਆਂ ਵੀ ਇੱਕ ਤੋਂ ਦੂਜੀ ਜਗ੍ਹਾ ਜਾਣ ਗਿਆ ਤਾਂ ਉਦੋਂ ਇਹਨੂੰ 에ਸੈਂਸ਼ੀਅਲ ਕਮੋਡਿਟੀ ਦੀ ਜਿਹੜੀ ਗੱਲ ਸੀ ਵੀ ਸਟੋਰੇਜ ਨਹੀਂ ਹੋਣ ਦੇਾਂਗੇ ਹਣਾ ਹੁਣ ਜਦੋਂ 에ਸੈਂਸ਼ੀਅਲ ਕਮੋਡਿਟੀਆਂ ਚੋਂ ਉਹਨੂੰ ਕੱਢ ਦਿੱਤਾ ਗਿਆ ਸਿਰਫ ਪਿਆਜ਼ ਆਲੂ ਉਹਨੂੰ ਨਹੀਂ ਕੱਢਿਆ ਗਿਆ 에ਸੈਂਸ਼ੀਅਲ ਕਮੋਡਿਟੀਆਂ ਦੇ ਵਿੱਚ ਜਿਹੜਾ ਅਨਾਜ ਵੀ ਕੱਢ ਦਿੱਤੇ ਗਏ ਤਾਂ ਉਹ 에ਸੈਂਸ਼ੀਅਲ ਕਮੋਡਿਟੀਆਂ ਕੱਢਣ ਦੇ ਨਾਲ ਨੋ ਡਾਊਟ ਕਿ ਇੱਕ ਬਾਜ਼ਾਰ ਖੁੱਲੇਗਾ ਲੋਕਾਂ ਨੂੰ ਕਿਸਾਨ ਨੂੰ ਵੀ ਸ਼ਾਇਦ ਜਿਹੜਾ ਜੋ ਸਰਕਾਰ ਦਾਵਾ ਕਰ ਰਹੀ ਹੈ ਕਿ ਕਿਸਾਨ ਨੂੰ ਵੀ ਖੁੱਲੇ ਬਾਜ਼ਾਰ ਚ ਕੰਮ ਕਰਨ ਦਾ ਮੌਕਾ ਮਿਲੇਗਾ ਪਰ ਜਦੋਂ ਅਸੀਂ ਇਹਨੂੰ ਵਪਾਰ ਦੇ ਸਿਧਾਂਤ ਨਾਲ ਦੇਖ ਲੋਕਾਂ ਕੋਲੋਂ ਨਿਕਲ ਰਿਹਾ ਪੂਰੀ ਦੁਨੀਆ ਵਿੱਚ ਅਜਿਹੀ ਸਥਿਤੀ ਹੈ ਸੋ ਉਹ ਜਦੋਂ ਉਹ ਨਿਕਲ ਰਿਹਾ ਜਿਹੜਾ ਵਪਾਰ ਹੈ ਜਿਹੜਾ ਵਪਾਰੀ ਹੈ ਵਪਾਰ ਦਾ ਸਿਧਾਂਤ ਇਹ ਹੈ ਕਿ ਉਹ ਡਿਮਾਂਡ ਐਂਡ ਸਪਲਾਈ ਦਾ ਖੇਡ ਖੇਡਦਾ ਸੋ ਇਸ ਕਰਕੇ ਉਹ ਜਦੋਂ ਅਸੈਂਸ਼ੀਅਲ ਕਮੋਡਿਟੀ ਚ ਜਿਸ ਵੇਲੇ ਹੁੰਦਾ ਸੀ ਉਸ ਵੇਲੇ ਇਹਨਾਂ ਅਨਾਜਾਂ ਦੀ ਜਿਹੜੀ 50% ਤੋਂ ਵੀ ਜ਼ਿਆਦਾ ਪ੍ਰੋਕਿਊਰਮੈਂਟ ਜਿਹੜੀ ਸਟੋਰੇਜ ਆ ਉਹ ਕੇਂਦਰ ਸਰਕਾਰ ਜਾਂ ਆਪਣੀਆਂ ਸੂਬਾ ਸਰਕਾਰਾਂ ਕਰਦੀਆਂ ਸੀ ਤਾਂ ਕਿ ਜਦੋਂ ਸੰਕਟ ਦਾ ਵੇਲਾ ਆਉਂਦਾ ਇਹ ਚੀਜ਼ਾਂ ਜਿਹੜੀਆਂ ਉਸ ਵੇਲੇ ਇਹਦਾ ਰੇਟ ਨਾ ਵਧੇ ਔਰ ਲੋਕਾਂ ਨੂੰ ਜਿਹਦਾ ਕੋਵਿਡ ਦੇ ਵਿੱਚ ਭਾਰਤ ਦੀ ਸਰਕਾਰ ਨੇ ਕਿੰਨਾ ਅਨਾਜ ਫ੍ਰੀ ਦਿੱਤਾ ਲੋਕਾਂ ਨੂੰ ਉਸ ਵੇਲੇ ਘਰ-ਘਰ ਪੰਚਾਇਆ ਬੜੀ ਵੱਡੀ ਗੱਲ ਸੀ ਕਿਉਂਕਿ ਸਾਡੇ ਕੋਲ ਉਹ ਜਿਹੜੀ ਸਾਡੇ ਕੋਲ ਪ੍ਰੋਕਿਊਰਡ ਸੀ ਸਾਡੇ ਕੋਲ ਜਿਹੜਾ ਉਹ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ ਜਿਹੜਾ ਸਟੋਰੇਜ ਸੀ ਜਦੋਂ ਇਹ ਐਸੈਂਸ਼ੀਅਲ ਕਮਿਊਨਿਟੀ ਐਕਟ ਤੁੱਕਿਆ ਜਾਏਗਾ ਤੁੱਕਿਆ ਗਿਆ ਹੀ ਹੈ ਮਤਲਬ ਬਿਲ ਪਾਸ ਹੋ ਗਿਆ ਉਹਦੇ ਵਿੱਚ ਫਿਰ ਜਿਹੜਾ ਇਹ ਜਿਹੜੇ ਖਦਸ਼ਾ ਇਹ ਜਿਹੜੀ ਸ਼ੰਕਾ ਹੈ ਇਹ ਬਰਕਰਾਰ ਹੈ ਕਿ ਜਿਹੜਾ ਵਪਾਰੀ ਕੀ ਹੈ ਕਿ ਕੀ ਉਹ ਡਿਮਾਂਡ ਐਂਡ ਸਪਲਾਈ ਸਟੋਰੇਜ ਦਾ ਖੇਲ ਜਿਹੜਾ ਸ਼ਾਰਟੇਜ ਕ੍ਰੀਏਟ ਕਰਕੇ ਜੋ ਕਰਦੇ ਅਕਸਰ ਤੌਰ ਤੇ ਉਹ ਨਹੀਂ ਕਰੇਗਾ ਹਾਲੇ ਕਿ ਕਿਤੇ ਵੀ ਇੱਕ ਮਾ ਜਗਾ ਜਾਣਾ ਸੀ ਵੀ ਜਿਹੜਾ ਬਿਲ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਹੈ ਉਹਨਾਂ ਨੇ ਕਿ ਅਗਰ ਐਸੀ ਸਥਿਤੀ ਆਏਗੀ ਤਾਂ ਸਰਕਾਰ ਕਾਰਵਾਈ ਕਰੇਗੀ ਪਰ ਸਰਕਾਰ ਸਰਕਾਰਾਂ ਦਾ ਕਾਰਵਾਈ ਅੱਗੇ ਵੀ ਕਰਦੀਆਂ ਆ ਰਹੀਆਂ ਸੋ ਅਸੈਂਸ਼ੀਅਲ ਕਮੋਡਿਟੀਜ਼ ਨੂੰ ਕੱਢਣ ਦੇ ਨਾਲ ਇਹਦੀ ਇੱਕ ਗੱਲ ਤਾਂ ਸ਼ੰਕਰ ਇੱਕ ਖਦਸ਼ਾ ਬਹੁਤ ਵੱਡਾ ਹੈ ਕਿ ਇਹ ਅੱਜ ਤੁਸੀਂ ਅੱਜ ਦਾ ਅੰਦਾਜ਼ਾ ਕਰ ਲੋਗੇ ਅੱਜ ਜਿਹੜਾ ਐਮਐਸਪੀ ਦੀ ਗੱਲ ਕਰਦੇ ਆ ਮਿਨਿਮਮ ਸਪੋਰਟ ਪ੍ਰਾਈਸ ਤੇ 1900 ਕੋਜੇ ਰੁਪਏ ਜਿਹੜਾ ਅਗਰ ਅਨਾਜ ਦਾ ਹੈਗਾ ਤੇ ਅੱਜ ਜਦੋਂ ਤੱਕ ਤੁਹਾਡੇ ਖਾਣ ਵਾਲਿਆਂ ਤੱਕ ਜਦੋਂ ਤੱਕ ਆਟਾ ਪਹੁੰਚਦਾ ਉਹ 32 ਰੁਪਏ ਕਿਲੋ ਹੋ ਜਾਂਦਾ ਤਾਂ ਫਿਰ ਜਦੋਂ ਇਹ ਖੁੱਲੇ ਵਪਾਰ ਦੇ ਹੱਥ 'ਚ ਆ ਜਾਏਗਾ ਤਾਂ ਫਿਰ ਇਹ ਆਟਾ 100 ਰੁਪਏ ਕਿਲੋ ਵੀ ਖਾਣ ਵਾਲੀ ਸਥਿਤੀ ਜਾਏਗੀ ਸੋ ਇਹਦੇ ਉੱਤੇ ਇਹ ਹੈ ਕਿ ਜਿਹੜਾ ਇਹ ਬਿੱਲ ਆਇਆ ਹੈ ਇਹ ਬਿੱਲ ਖਲੇ ਪਬਲਿਕ ਦੇ ਵਿੱਚ ਜਿਹੜਾ ਥੱਲੇ ਉਹਨੂੰ ਪਾਰਲੀਮੈਂਟ 'ਚ ਇੰਨਾ ਇਸ ਵਾਰੀ ਇੰਨੀ ਮਤਲਬ ਉਹ ਰੌਲਾ ਰੱਪਾ ਚੱਲੇ ਗਿਆ ਕਿ ਮੀਡੀਆਜ਼ ਵੀ ਵਿਰੋਧ ਸਮਰਥਨ ਇੰਨੀ ਕੀ ਗੱਲ ਆਈ ਹੈ ਇਹ ਬਿੱਲ ਜਿਹੜਾ ਡਿਟੇਲਡ ਜਿੰਨੀਦਰ ਲੋਕਾਂ ਤੱਕ ਜ਼ਮੀਨ ਤੱਕ ਨਹੀਂ ਆਂਦਾ ਕਿ ਸਰਕਾਰ ਨੇ ਇਸ ਵਿੱਚ ਕੀ ਜਿਹੜੀਆਂ ਪ੍ਰਵਧਾਨ ਰੱਖੇ ਨੇ ਸਰਕਾਰ ਨੇ ਕੰਟਰੋਲ ਦੇ ਕੀ ਸਿਸਟਮ ਰੱਖੇ ਨੇ ਕੀਮਤਾਂ ਦਾ ਕੰਟਰੋਲ ਕਿਦਾਂ ਕਰੇਗੀ ਅਗਰ ਸਟੋਰੇਜ ਫ੍ਰੀ ਕਰ ਦਿੰਦੀ ਹੈ ਉਹਨੇ ਤੱਕ ਜਦੋਂ ਕਿ ਵੈਸੇ ਵੀ ਕਿਸੇ ਵੀ ਚੀਜ਼ ਤਾਂ ਜੰਦਾ ਉਹਦੇ ਪ੍ਰਭਾਵ ਲੈਟਰ ਆਉਂਦੇ ਨੇ ਜੀ ਤਾਂ ਜਦੋਂ ਪ੍ਰਭਾਵ ਆਉਣਗੇ ਉਦੋਂ ਇਹਦੇ ਬਾਰੇ ਸਰਕਾਰ ਨੂੰ ਵੀ ਪਤਾ ਲੱਗੇਗਾ ਵੀ ਇੱਥੇ ਹੁਣ ਤਾਈਆਂ ਕੀ ਰਹਿ ਗਈਆਂ ਫਿਰ ਸ਼ਾਇਦ ਉਸ ਵੇਲੇ ਸਰਕਾਰ ਐਮੈਂਡਮੈਂਟ ਵੱਲ ਜਾਂਦੀਆਂ ਹੁੰਦੀਆਂ ਜਦੋਂ ਪਬਲਿਕ ਦਾ ਰੌਲਾ ਵੱਧਾ ਹੈ ਜਦੋਂ ਡੈਮੋਕ੍ਰੇਸੀ ਦੇ ਵਿੱਚ ਜਦੋਂ ਜਿਹੜਾ ਮੁਲਕ ਹੁੰਦਾ ਮੁਲਕ ਦੇ ਲੋਕ ਜਦੋਂ ਸੜਕ ਤੇ ਉਤਰਦੇ ਨੇ ਜਾਂ ਸਵਾਲ ਉਠ ਚੁੱਕਦੇ ਨੇ ਉਸ ਵੇਲੇ ਵੀ ਸਰਕਾਰਾਂ ਇਧਰ ਅਮੈਂਡਮੈਂਟ ਵੱਲ ਵੀ ਜਾਂਦੀਆਂ ਨੇ ਪਰ ਅੱਜ ਦੀ ਡੇਟ 'ਚ ਅਸੀਂ ਜਿਹੜੀਆਂ ਜਿਹੜੇ ਖਦਸ਼ੇ ਆ ਉਹ ਬਰਕਰਾਰ ਨੇ ਬਿਲਕੁਲ ਜੀ ਤੁਸੀਂ ਸਵਾਲਾਂ ਦੀ ਗੱਲ ਕੀਤੀ ਹੈ ਸਵਾਲ ਤਾਂ ਵਿਰੋਧੀ ਧਿਰ ਨੇ ਵੀ ਚੁੱਕੇ ਸੀ ਰਾਜ ਸਭਾ ਔਰ ਲੋਕ ਸਭਾ ਦੇ ਰਹਿੰਦੇ ਸੈਸ਼ਨ ਦੇ ਲਈ ਉਹਨਾਂ ਨੇ ਬਾਈਕਾਟ ਕਰਨ ਦੀ ਗੱਲ ਕੀਤੀ ਪਰ ਸਰਕਾਰ ਨੇ ਕਿਹਾ ਕਿ ਮਾਫੀ ਮੰਗੋ ਇਹ ਦੋਵੇਂ ਧਿਰਾਂ ਆਮੋ ਸਾਹਮਣੇ ਨੇ ਇਸ ਵੇਲੇ ਸਰਕਾਰ ਤੇ ਵਿਰੋਧੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਾਹੌਲ ਬਣੇਗਾ ਦੇਖੋ ਭਾਰਤ ਜਿੱਡਾ ਵੱਡਾ ਜਮਹੂਰੀ ਦੇਸ਼ ਹੈ ਜੀ ਉਹਦੀ ਅਸੀਂ ਜਦੋਂ ਗੱਲ ਕਰਦੇ ਆਂ ਤੇ ਇਹ ਜੋ ਕੁਝ ਸਾਡੇ ਇਸ ਵੇਲੇ ਪਾਰਲੀਮੈਂਟ ਇਹ ਮੰਦਭਗਾ ਜੀ ਅੱਛਾ ਇਹ ਪਹਿਲੀ ਵਾਰੀ ਵੀ ਨਹੀਂ ਵਾਪਰਿਆ ਇਹ ਪਹਿਲਾਂ ਵੀ ਵਾਪਰਦਾ ਰਿਹਾ ਜੀ ਸੋ ਗੱਲ ਇਹ ਹੈ ਕਿ ਜਦੋਂ ਚਿੰਤਾ ਤਾਂ ਸਾਰੇ ਜਿਹੜੇ ਹੈਗੇ ਆ ਉਹ ਕਿਸਾਨ ਦੀ ਕਰ ਰਹੇ ਸੀ ਕਿ ਬਿੱਲ ਆਏ ਨੇ ਜਿਹਦੇ ਕਰਕੇ ਰੌਲਾ ਪਿਆ ਕਿ ਜਿਹੜੇ ਨਵੇਂ ਖੇਤੀ ਬਿੱਲ ਆਏ ਉਹ ਚ ਕਿਸਾਨ ਦਾ ਨੁਕਸਾਨ ਹੈ ਕਿਸਾਨ ਸੜਕਾਂ ਤੇ ਹੈ ਪਰ ਇਹ ਚ ਕਿਸਾਨ ਕਿਤੇ ਨਹੀਂ ਨਜ਼ਰ ਆ ਰਿਹਾ ਕਿਸਾਨ ਤਾਂ ਸੜਕਾਂ ਤੇ ਨਜ਼ਰ ਆ ਰਿਹਾ ਕਿਉਂਕਿ ਕਿਸਾਨ ਨੂੰ ਵੀ ਕਿਸਾਨ ਵੀ ਜਿਹੜਾ ਉਹ ਉਹ ਦੀ ਸਥਿਤੀ ਜਗ ਵੀ ਪਤਾ ਨਹੀਂ ਇਹ ਹੈ ਕਿ ਸ਼ਾਇਦ ਕਿਸਾਨ ਨੂੰ ਵੀ ਹਲੇ ਉਨੀ ਸਮਝ ਇਹਦੇ ਬਾਰੇ ਨਹੀਂ ਆ ਰਹੀ ਪਰ ਜੋ ਪਾਰਲੀਮੈਂਟ ਦੇ ਅੰਦਰ ਹੋਇਆ ਜੀ ਪਾਰਲੀਮੈਂਟ ਦੇ ਅੰਦਰ ਜਿਸ ਜੋ ਕੁਝ ਹੋਇਆ ਉਹ ਕੋਈ ਬਹੁਤ ਵਧੀਆ ਜਿਹੜੀ ਹੈ ਸਾਡੀ ਜਮਹੂਰੀ ਪਰੰਪਰਾ ਦਾ ਹਿੱਸਾ ਨਹੀਂ ਹੈ ਜੀ ਸਰਕਾਰ ਅਗਰ ਦੇਖੋ ਸਰਕਾਰ ਦੇ ਕੋਲ ਨੰਬਰ ਹੈ ਦੋਨੋਂ ਸਦਨਾਂ 'ਚ ਸਰਕਾਰ ਕੋਲ ਨੰਬਰ ਹੈ ਕਿ ਉਹ ਬਹੁਮਤ ਪਾਸ ਕਰਾ ਸਕਦੀ ਹੈ ਹਾਂ ਬਹੁਮਤ ਦਾ ਮਤਲਬ ਹੈ ਕਿ ਉਹਨਾਂ ਕੋਲ ਬਹੁਤ ਸੰਖਿਆ ਹੈ ਉਹਨਾਂ ਦੇ ਕੋਲ ਹੈ ਸੋ ਇਸ ਕਰਕੇ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਉਹਨਾਂ ਨੂੰ ਬੋਲਣ ਦਾ ਮੌਕਾ ਦੇ ਦੇਣਾ ਚਾਹੀਦਾ ਜਿਹੜੀ ਕਿਉਂਕਿ ਜਮਹੂਰੀ ਹੈ ਨਾ ਦੇਸ਼ 'ਚ ਮਹੂਰੀ ਜਮਹੂਰੀਅਤ ਨਾ ਚੱਲਦਾ ਇਸ ਕਰਕੇ ਪਰ ਜਿਹੜਾ ਦੂਸਰੇ ਪੱਖ ਨੇ ਜਿਹੜਾ ਤਰੀਕਾ ਜਿਹੜਾ ਰਵਈਆ ਅਪਣਾਇਆ ਵਿਰੋਧ ਦਾ ਜਿਹੜਾ ਰਵਈਆ ਅਪਣਾਇਆ ਵੀ ਜਿਹੜਾ ਉਹ ਉਪਸਭਾਪਤੀ ਦਾ ਮਾਈਕ ਤੋੜ ਦਿੱਤਾ ਮਤਲਬ ਉਹ ਅੱਛਾ ਇਹਦੇ ਨਾਲ ਇੱਕ ਹੋਰ ਚੀਜ਼ ਜੁੜੀ ਹੈ ਕਿ ਐਕਸਟ੍ਰੀਮ ਕਿਦੋਂ ਪਹੁੰਚਦਾ ਆਦਮੀ ਜੀ ਕਈ ਵਾਰੀ ਹੁੰਦਾ ਹੈ ਕਿ ਜਦੋਂ ਗੱਲ ਨਹੀਂ ਸੁਣੀ ਜਾਂਦੀ ਤਾਂ ਤਾਦੇ ਸਥਿਤੀ ਆਉਂਦੀ ਹੈ ਪਰ ਇਹਦੇ باوجود ਜਿਹੜੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਜਿਨ੍ਹਾਂ ਨੂੰ ਪਾਰਲੀਮੈਂਟ ਦੀ ਮर्यादा ਦਾ ਖਿਆਲ ਹੈ ਉਹ ਸਾਰਿਆਂ ਨੂੰ ਮੰਨਣੀ ਚਾਹੀਦੀ ਹੈ ਜੇ ਮੰਨੋ ਇੱਕ ਪੱਖ ਨੇ ਬੋਲਣ ਦਾ ਮੌਕਾ ਨਹੀਂ ਵੀ ਦਿੱਤਾ ਤਾਂ ਦੂਸਰਿਆਂ ਨੇ ਵੀ ਉਹ ਕਰਦਾਰ ਕਰਕੇ ਜਿਹੜਾ ਹੈਗਾ ਉਹ ਕਰਦਾਰ ਕਰਕੇ ਦੂਸਰਿਆਂ ਨੇ ਆਪ ਆਨੇ ਆਪ ਨੂੰ ਉਸ ਸ਼੍ਰੇਣੀ 'ਚ ਲੈ ਆਂਦਾ ਵੀ ਸਾਡੇ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਹੈ ਉਹਨਾਂ ਨੂੰ ਵਿਰੋਧ ਦੇ ਤਰੀਕੇ ਜਿਹੜੇ ਆ ਮर्यादा ਦੇ ਅੰਦਰ ਜਿਹੜੇ ਅਪਣਾਉਣੇ ਚਾਹੀਦੇ ਸੀ ਔਰ ਅਗਰ ਉਹ ਅੱਜ ਅੱਜ ਜਿਹੜਾ ਜਿਹੜੀ ਜਮਹੂਰੀਅਤ ਦੇ ਵਿੱਚ ਜਿਹੜਾ ਬੋਲਣ ਦਾ ਜਿਹੜਾ ਖੁੱਲਾ ਜਿਹੜਾ ਐਕਸਪ੍ਰੈਸ਼ਨ ਰਾਈਟ ਟੂ ਐਕਸਪ੍ਰੈਸ਼ਨ ਹੋ ਹੈਗਾ ਮੀਡੀਆ ਦੇ ਬੜੇ ਸਾਧਨ ਨੇ ਸੋਸ਼ਲ ਮੀਡੀਆ 'ਚ ਬਹੁਤ ਸਾਰੀਆਂ ਗੱਲਾਂ ਨੇ ਉਹ ਇਹ ਗੱਲਾਂ ਜਿਹੜਾ ਵਿਪੱਖਸ਼ ਕੋਈ ਮਤਲਬ ਅਸੰਤੋਸ਼ ਦੇ باوجود ਜਿਹੜਾ ਹੈਗਾ ਵੀ ਉਹ ਸੰਤੁਸ਼ਟ ਨਹੀਂ ਵੀ ਹੈਗਾ ਸੀ ਭਾਵੇਂ ਬਿਲਾਣਾ ਇਹ ਗੱਲ ਉਹ ਮर्यादा ਦੇ ਦਾਇਰੇ ਚ ਰੱਖ ਕੇ ਉੱਥੇ ਆ ਕੇ ਕਰ ਸਕਦੇ ਸੀ ਇਸ ਕਰਕੇ ਦੋਵੇਂ ਪਾਸੇ ਜਿਹੜੀਆਂ ਜਿਹੜੀਆਂ ਗੱਲਾਂ ਉਹ ਇੱਕੋ ਜਿਹੀ ਹੀ ਹੋ ਕੇ ਰਹਿ ਗਈਆਂ ਸੋ ਹੁਣ ਅਗਰ ਅੱਜ ਉਹ ਕਹਿ ਰਿਹਾ ਕਿ ਤੁਸੀਂ ਮਾਫੀ ਮੰਗੋ ਤਾਂ ਮਾਫੀ ਮੰਗਣ ਦੇ ਨਾਲ ਵੀ ਮੈਨੂੰ ਨਹੀਂ ਲੱਗਦਾ ਕਿ ਮਾਫੀ ਮੰਗਣ ਨਾਲ ਫਿਰ ਫਿਰ ਤਾਂ ਇੱਕ ਪਰੰਪਰਾ ਬਣ ਜਾਏਗੀ ਕਿ ਤੁਸੀਂ ਤੋੜਦੇ ਹੋ ਤਾਂ ਮਾਫੀ ਮੰਗ ਲਓ ਸੋ ਨਿਯਮ ਜੋ ਕਹਿੰਦੇ ਨੇ ਜੀ ਦਲ ਤਾਂ ਨੀਮਾ ਦੇ ਉੱਤੇ ਹੋਣੀ ਚਾਹੀਦੀ ਹੈ ਨਿਯਮ ਦੋਨੋਂ ਬਸੇ ਹੋਣੇ ਚਾਹੀਦੇ ਆ ਕਿ ਜੇ ਇਹ ਨਿਯਮ ਕਹਿੰਦਾ ਕਿ ਕਿਸੇ ਵਿਸ਼ੇਸ਼ ਬਿੱਲ ਦੇ ਉੱਤੇ ਜਿਹੜਾ ਕਿਸੇ ਵਿਸ਼ੇਸ਼ ਕਾਨੂੰਨ ਨੂੰ ਜਾਂ ਕਿਸੇ ਵਿਸ਼ੇਸ਼ ਚਰਚਾ ਨੂੰ ਕਰਕੇ ਉੱਥੇ ਵੋਟ ਡਿਵੀਜ਼ਨ ਦੀ ਪ੍ਰੋਵੀਜ਼ਨ ਹੈ ਜੀ ਉਹਦਾ ਪ੍ਰਬਧਾਨ ਹੈਗਾ ਤਾਂ ਫਿਰ ਸਰਕਾਰ ਨੂੰ ਜੈਦਾ ਸੀ ਕਿ ਉਧਰ ਜਾਂਦੀ ਜੀ ਪਰ ਜੇ ਸਰਕਾਰ ਉਧਰ ਨਹੀਂ ਗਈ ਤੇ ਫਿਰ ਦੂਸਰਿਆਂ ਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਮੈਂਬਰ ਪਾਰਲੀਮੈਂਟ ਮੈਂਟੇਰੀਆਂ ਨੇ ਹੈਗੇ ਆ ਅਸੀਂ ਮੁਲਕ ਦੇ ਬਹੁਤ ਸਾਰੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆਂ ਔਰ ਸਾਨੂੰ ਇਹ ਜਿਹੜਾ ਲਾਈਵ ਟੈਲੀਕਾਸਟ ਚ ਦੁਨੀਆ ਦੇਖ ਰਹੀ ਹੈ ਇਹਦੇ ਨਾਲ ਸਾਡੇ ਮੁਲਕ ਦੀ ਜਿਹੜੀ ਪਰੰਪਰਾ ਹੈ ਜਿਹੜੀ ਸਾਡੇ ਮੁਲਕ ਦੀ ਮਰਿਆਦਾ ਉਹ ਜੁੜੀ ਆ ਪਾਰਲੀਮੈਂਟ ਨਾਲ ਬਿਲਕੁਲ ਜੀ ਅਸੀਂ ਅਗਲੀ ਦੋਨੋਂ ਬਸ ਇਹ ਨਿਯਮ ਜਿਹੜਾ ਫਾਲੋ ਹੋਣਾ ਚਾਹੀਦਾ ਅਗਲੀ ਖਬਰ ਦੀ ਵਾਰ ਰੁਕ ਕਰਦੇ ਆਂ ਗੱਲ ਕਰ ਲੈਣੇ ਆਂ ਕਰੋਨਾ ਮਹਾਮਾਰੀ ਦੀ ਕਰੋਨਾ ਦੇ ਮਰੀਜ਼ਾਂ ਦੀ ਗਿ ਪਾਰ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਚੰਗੀ ਗੱਲ ਇਹ ਹੈ ਕਿ ਇੱਕ ਦਿਨ ਦੇ ਵਿੱਚ 1 ਲੱਖ ਤੋਂ ਵੱਧ ਮਰੀਜ਼ ਸਿਹਤਯਾਬ ਵੀ ਹੋਏ ਨੇ ਉਧਰ ਦੂਜੇ ਪਾਸੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਸੱਤ ਰਾਜਾਂ ਦੇ ਨਾਲ ਪੰਜਾਬ ਸਣੇ ਸੱਤ ਰਾਜਾਂ ਦੇ ਨਾਲ ਮੀਟਿੰਗ ਵੀ ਹੈ ਕਿਵੇਂ ਵੇਖਦੇ ਉਹਨੂੰ ਦੇਖੋ ਇਹ ਕੋਰੋਨਾ ਦਾ ਜਿਹੜਾ ਸੰਕਟ ਹੈ ਉਹ ਨੇ ਬਰਕਰਾਰ ਹੈ ਚੱਲ ਰਿਹਾ ਹੈ ਔਰ ਇਹਦਾ ਜਿਹੜਾ ਕੋਵਿਡ ਦੇ ਉੱਤੇ ਜਿਹੜੀ ਵੈਕਸੀਨ ਆ ਰਹੀ ਸੀ ਆਕਸਫੋਰਡ ਯੂਨੀਵਰਸਿਟੀ ਦੀ ਉਹਦਾ ਹੁਣ ਤੀਸਰਾ ਚੜ੍ਹਨ ਫਿਲਹਾਲ ਤਾਂ ਰੁਕਿਆ ਸੀ ਪਰ ਇੰਡੀਆ ਦੇ ਵਿੱਚ ਉਹਦੇ ਉੱਤੇ ਜਿਹੜਾ ਉਸ ਚੜ੍ਹਨ ਦੇ ਉੱਪਰ ਜਿਹੜੇ ਆ ਉਹ ਉਹਦਾ ਡਾਟਾ ਟੈਸਟ ਹੋਏਗਾ ਜੋ ਟ్రਾਇਲ ਕੀਤਾ ਜਾਏਗਾ ਤਾਂ ਪੰਜਾਬ ਦੇ ਵੀ ਤਿੰਨ ਮੈਡੀਕਲ ਕਾਲਜ ਉੱਤੇ ਸ਼ਾਮਲ ਕੀਤੇ ਗਏ 3 ਉਹ ਜਦੋਂ ਵੈਕਸੀਨ ਆਏਗੀ ਉਦੋਂ ਤੱਕ ਤਾਂ ਮਾਸਕ ਹੀ ਆ ਜੀ ਸੋ ਜਿਹੜਾ ਅਸੀਂ ਜਦੋਂ ਪੂਰੀ ਕੁਮਾਂਤਰੀ ਪੱਧਰ ਤੇ ਨੂੰ ਦੇਖਦੇ ਹਾਂ ਔਰ ਅਸੀਂ ਜਦੋਂ ਪੰਜਾਬ ਦੀ ਆਪਣੇ ਮੁਲਕ ਭਾਰਤ ਦੀ ਗੱਲ ਕਰਦੇ ਹਾਂ ਤੇ ਇਹਦੇ ਚ ਇੱਕ ਸੁਖਾਵੀ ਗੱਲ ਹੈ ਕਿ ਪੂਰੇ ਮੁਲਕ ਦੇ ਪੂਰੀ ਜਿਹੜੀ ਗਲੋਬਲ ਜਦੋਂ ਲੈਵਲ ਤੇ ਅਸੀਂ ਦੇਖਦੇ ਹਾਂ ਤਾਂ ਉਸ ਵੇਲੇ ਭਾਰਤ ਦੀ ਸਥਿਤੀ ਕੁਝ ਬਿਹਤਰ ਨਜ਼ਰ ਆਉਂਦੀ ਹੈ ਭਾਰਤ ਜਿਹੜਾ ਰਿਕਵਰੀ ਰੇਟ ਹੈ ਉਹ ਕੰਪੈਰੀਟਿਵਲੀ ਸਭ ਤੋਂ ਵੱਧ ਹੈ ਜੀ ਜੀ ਪਰ ਜਦੋਂ ਅਸੀਂ ਇਹ ਫਿਰ ਅਸੀਂ ਆਪਣੇ ਮੁਲਕ ਦੇ ਅੰਦਰ ਐਂਟਰ ਕਰਦੇ ਆਂ ਜਦੋਂ ਅਸੀਂ ਮੁਲਕ ਜਦੋਂ ਫਿਰ ਅਸੀਂ ਆਪਣੇ ਸੂਬੇ ਜਾਣ ਵੜਦੇ ਆਂ ਤਾਂ ਅੱਜ ਸਾਡੇ ਸੂਬੇ ਦੇ ਵਿੱਚ ਜਿਹੜੀ ਹੈ 1 ਲੱਖ ਤੋਂ ਵੱਧ ਜਿਹੜੇ ਆ ਉਹ ਪੰਜਾਬ ਦੇ ਵਿੱਚ ਜਿਹੜੇ ਆ ਕਰੋਨਾ ਦੇ ਜਿਹੜੇ ਸੰਕਰਮਿਤ ਲੋਕ ਸਾਹਮਣੇ ਆਏ ਆ ਜਿਹੜੇ ਇਨਫੈਕਟਡ ਨੇ ਜੀ ਔਰ ਉਹਦੇ ਵਿੱਚ ਜਿਹੜੀ ਜ਼ਿਆਦਾ ਚਿੰਤਾ ਦੀ ਗੱਲ ਕੀ ਹੈਗੀ ਹੈ ਕਿ ਜਿਹੜੇ 50 ਹਜ਼ਾਰ ਲੋਕ ਨੇ ਉਹ ਪਿਛਲੇ 24 ਦਿਨਾਂ ਚਾਏ ਜਾਨੀ ਕਿ ਪਿਛਲੇ 24 ਦਿਨ ਜਦੋਂ ਮਾਰਚ ਤੇ ਜਦੋਂ ਸਟਾਰਟ ਦੇ ਵਿੱਚ 8 ਮਾਰਚ ਨੂੰ ਜਿਹੜਾ ਉਹ ਪਹਿਲਾ ਜਿਹੜਾ ਜਿਹੜਾ ਕਰੋਨਾ ਇਨਫੈਕਟਡ ਸਾਹਮਣੇ ਆਇਆ ਸੀ ਔਰ ਤਿੰਨ ਮਹੀਨਿਆਂ ਦੇ ਵਿੱਚ ਜਿਹੜੀ ਇਹ ਦੌਰ ਰਿਆ ਸੀ ਇਹ 100 ਆਦਮੀ ਦੇ ਕਰੀਬ ਰਿਆ ਸੀ ਜੀ ਜਦੋਂ ਅਸੀਂ ਉਸ ਰੇਸ਼ੋ ਨੂੰ ਦੇਖਦੇ ਹਾਂ ਤਾਂ ਫਿਰ 50 ਹਜ਼ਾਰ ਲੋਕ ਚਵੀਆਂ ਦਿਨਾਂ ਚ ਆਇਨਾ ਕਿ ਐਵਰੇਜ 2000 ਲੋਕ ਰੋਜ਼ ਆ ਰਹੇ ਨੇ ਬੋਤਾਂ ਦੀ ਗਿਣਤੀ ਵੀ ਜਿਹੜੀ ਵਧੀ ਹੈ ਜੀ ਉਹਨੂੰ ਅਸੀਂ ਜਦੋਂ ਦੇਖਦੇ ਹਾਂ ਤਾਂ ਚਿੰਤਾ ਬਹੁਤ ਵੱਧ ਜਾਂਦੀ ਹੈ ਔਰ ਐਸਾ ਲੱਗਦਾ ਹੈ ਕਿ ਜਿੱਦਾਂ ਜਿੱਦਾਂ ਅਨਲੌਕ ਦਾ ਪੀਰੀਅਡ ਚੱਲ ਰਿਹਾ ਹੈ ਉਹਦੇ ਵਿੱਚ ਜੋ ਮੈਨੂੰ ਲੱਗਦਾ ਵੀ ਜਦੋਂ 50 ਹਜ਼ਾਰ ਵਾਲੀ ਸਥਿਤੀ ਹੁੰਦੀ ਸਰਕਾਰ ਤਾਂ ਇਹ ਦਾਵਾ ਕਰਦੀ ਹੈ ਕਿ ਟੈਸਟ ਵਧਾਏ ਗਏ ਹੈ ਸ਼ਾਇਦ ਇਸ ਕਰਕੇ ਆ ਰਿਹਾ ਪਰ ਮੈਨੂੰ ਲੱਗਦਾ ਵੀ ਕਿਤੇ ਕਿਤੇ ਕਮਿਊਨਿਟੀ ਸਪਰੈਡ ਵਾਲੀ ਗੱਲ ਵੀ ਹੈ ਕਿਉਂਕਿ ਅਸੀਂ ਅੱਜ ਕੱਲ ਜਦੋਂ ਵਿਚਰਦੇ ਆਮ ਸਮਾਜ ਦੇ ਵਿੱਚ ਉਹਨਾਂ ਜਿਸ ਤਰ੍ਹਾਂ ਕਿਸੇ ਦੇ ਡੈਥ ਤੋਂ ਬਾਅਦ ਕਿਰਿਆ ਦਾ ਮਾਹੌਲ ਹੁੰਦਾ ਅੱਜ ਸਰਕਾਰ ਦੇ ਬੰਦਿਸ਼ ਦੇ ਬਾਵਜੂਦ ਤਿੰਨ ਤਿੰਨ ਚਾਰ ਚਾਰ ਸੌ ਲੋਕ ਉਹਨਾਂ ਕਿਰਿਆ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਰਹੇ ਉਹ ਸਾਰਾ ਜਿਹੜਾ ਨਿਯਮ ਹੈ ਉਹ ਟੁੱਟ ਰਿਹਾ ਸੋ ਸਾਨੂੰ ਸਮਾਜ ਨੂੰ ਔਰ ਸਰਕਾਰ ਦੀ ਜਿਹੜੇ ਸਰਕਾਰ ਨੇ ਜਿਹੜੇ ਨਿਯਮ ਬਣਾਏ ਸਰਕਾਰ ਨੂੰ ਚੈੱਕ ਰ ਨਹੀਂ ਤਾਂ ਅਸੀਂ ਜਿੰਨੀ ਦੇਰ ਤੱਕ ਵੈਕਸੀਨ ਨਹੀਂ ਆਉਂਦੀ ਇਹ ਸੰਕਟ ਹੋਰ ਵੱਧ ਜਾਏਗਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਅੱਜ 7 ਸਟੇਟਾਂ ਦੇ ਜਿਹੜੇ ਮੁੱਖ ਮੰਤਰੀਆਂ ਨਾਲ ਗੱਲ ਕਰੇ ਇਹ 7 ਸਟੇਟਾਂ ਉਹ ਨੇ ਜੀ ਤਾਮਿਲਨਾਡੂ ਹੈ ਮਹਾਰਾਸ਼ਟਰ ਹੈ ਕਰਨਾਟਕ ਹੈ ਦਿੱਲੀ ਹੈ ਪੰਜਾਬ ਹੈ ਗੁਜਰਾਤ ਵੀ ਹੈ ਇਹ ਇਹ 7 ਸਟੇਟਾਂ ਆਸੀਆਂ ਨੇ ਜਿਹੜੀਆਂ ਮੋਸਟ ਇਨਫੈਕਟਡ ਜਿਹੜੀਆਂ ਜਿਨ੍ਹਾਂ ਦੇ ਵਿੱਚ ਪੂਰੇ ਮੁਲਕ ਦੀ ਅਸੀਂ ਜਦੋਂ ਗਿਣਤੀ ਦੀ ਗੱਲ ਕਰਦੇ ਹਾਂ ਕਰੋਨਾ ਪੇਸ਼ੈਂਟਸ ਦੀ ਉਹਦੇ ਚ 65 ਤੋਂ 67% ਜਿਹੜਾ ਹੈਗਾ ਉਹ ਇਹਨਾਂ ਸੂਬਿਆਂ ਚ ਹੈ। ਦਿੱਲੀ ਵਿੱਚ ਵੀ ਪਿੱਛੇ ਕੱਲ ਦੀ ਗੱਲ ਹੈ ਕਿ 3000 ਦੇ ਕਰੀਬ ਇਨਫੈਕਟਡ ਆਏ ਨੇ ਔਰ ਮੌਤਾਂ ਵੀ ਬੜੇ ਵੱਡੇ ਪੱਮਾਨੇ ਤੇ ਹੋਈਆਂ। ਅਲੱਗ ਹੀ ਕਹਿਿਆ ਜਾ ਰਿਹਾ ਸੀ ਕਿ ਦਿੱਲੀ ਕੰਟਰੋਲ ਹੋ ਗਈ ਹੈ। ਸੋ ਪ੍ਰਧਾਨ ਮੰਤਰੀ ਨੇ ਇਹਦੀ ਸਮੀਖਿਆ ਕਰਨ ਲਈ ਗੱਲ ਕੀਤੀ ਹੈ। ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਅੱਜਕੱਲ ਸਪਸ਼ਟ ਹੋ ਚੁੱਕੀ ਹੈ ਵੀ ਅਸੀਂ ਗਲੋਬਲੀ ਲੈਵਲ ਤੇ ਵੀ WHO ਨੇ ਵੀ ਕਹਿਤਾ ਵੀ ਇਹਨੂੰ ਅਸੀਂ ਸਾਨੂੰ ਨਾਲ ਲੈ ਕੇ ਜੀਣਾ ਪੈਣਾ। ਸੋ ਜਦੋਂ ਅਸੀਂ ਨਾਲ ਲੈ ਕੇ ਜੀਣਾ ਪੈਣਾ ਤਾਂ ਜਿਹੜੇ ਨਿਯਮ ਨੇ ਉਹ ਸਾਨੂੰ ਸਾਰਿਆਂ ਨੂੰ ਮੰਨਣੇ ਪੈਣੇ ਆ ਤਾਂ ਹੀ ਇਹ ਹੋ ਸਕਣਾ ਔਰ ਜਿਸ ਤਰ੍ਹਾਂ ਇੱਕ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹਾਂਗਾ ਵੀ ਸਰਕਾਰਾਂ ਨੂੰ ਇਹ ਦਰਖਾਸਤ ਧਿਆਨ ਦੇਣਾ ਚਾਹੀਦਾ ਕਿ ਕੱਲ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਠੇਕੇ ਦੇ ਉੱਤੇ ਕੋਵਿਡ ਦੇ ਮਤਲਬ ਇਹਨਾਂ ਨੇ ਰੱਖੇ ਸੀ ਜਿਹੜੇ ਫਰੰਟ ਲਾਈਨ ਵਾਰੀਅਰਸ ਉਹਨਾਂ ਨੂੰ 5 ਮਹੀਨਿਆਂ ਤੋਂ ਤਨਖਾਹੀ ਨਹੀਂ ਮਿਲੀ ਉਹ ਸੜਕਾਂ ਦੇ ਲੰਮੇ ਬੈ ਕੇ ਕੱਲ ਉਹਨਾਂ ਨੇ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੋ ਸਰਕਾਰਾਂ ਨੂੰ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਕੋਵਿਡ ਨੂੰ ਪ੍ਰਾਇੋਰਟੀ ਤੇ ਹੀ ਰੱਖਣਾ ਚਾਹੀਦਾ ਇਧਰ ਉਧਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿੱਡਾ ਵੱਡਾ ਸੰਕਟ ਹੈ ਇਨੂੰ ਸਮਾਜ ਔਰ ਸਰਕਾਰ ਨੇ ਮਿਲ ਕੇ ਜਿੱਤਣਾ ਹੈ ਸੰਕਟ ਤੋਂ ਨਿਕਲਣਾ ਜਦੋਂ ਤੱਕ ਵੈਕਸੀਨ ਨਹੀਂ ਆਂਦੀ ਤੋ ਇਸ ਸੰਕਟ ਨੂੰ ਤਕੜੇ ਹੋ ਗਏ ਜਿਹੜਾ ਫਰੰਟ ਮੋਰਚੇ ਤੇ ਸਾਰਿਆਂ ਨੂੰ ਖੜੇ ਰਹਿਣਾ ਪਾਉਂਦਾ। ਬਿਲਕੁਲ ਜੀ ਅਨਲੌਕ ਦੀ ਵੀ ਜੇ ਗੱਲ ਕਰ ਲਈਏ ਤੇ ਹੁਣ ਕਿਹਾ ਗਿਆ ਕਿ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਔਰ ਕਾਲਜ ਇਹਨਾਂ ਦੇ ਵਿੱਚ ਪੋਸਟ ਗ੍ਰੈਜੂਏਟ ਤੇ ਅੰਡਰ ਗ੍ਰੈਜੂਏਟ ਸਟੂਡੈਂਟਸ ਦੀ ਪੜਾਈ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ 1 ਨਵੰਬਰ ਤੋਂ। ਤੁਹਾਨੂੰ ਕੀ ਲੱਗਦਾ ਹੈ ਕਿ ਅਨਲੌਕ 5 ਕਹਿ ਲੋ ਇਹਨੂੰ ਭਾਵੇਂ ਤੇ ਉਹਦੇ ਵਿੱਚ ਜਦੋਂ ਇਦਾਂ ਦਾ ਮਾਹੌਲ ਹੋਏਗਾ ਤੇ ਕੀ ਕਰੋਨਾ ਹੋਰ ਫੈਲੇਗਾ ਜਾਂ ਕਿਵੇਂ ਦਾ ਮਾਹੌਲ ਹੋਏਗਾ? ਦੇਖੋ ਐਸਾ ਹੈ ਕਿ ਸਰਕਾਰ ਦੇ ਇਸ ਜਿਹੜੇ ਕਦਮ ਨੇ ਜਿਹਦੇ ਸਰਕਾਰੀ ਨਿਰਦੇਸ਼ ਕੋਈ ਤੇ ਕੋਈ ਚ NEET ਦਾ ਟੈਸਟ ਹੋ ਗਿਆ JEE ਦਾ ਟੈਸਟ ਹੋ ਗਿਆ ਸਰਕਾਰ ਨੇ ਜਿਹੜਾ ਸਕੂਲਿੰਗ ਚ ਵਿੱਚ ਵੀ 9ਵੀਂ ਤੋਂ 12ਵੀਂ ਦੇ ਕੁਝ ਬੱਚੇ ਕਿਹਾ ਕਿ ਮਾਤਾ ਪਿਤਾ ਦੀ ਆਗਿਆ ਦੇ ਨਾਲ ਬੁਲਾਉਣੇ ਸ਼ੁਰੂ ਕਰਤੇ ਆ ਤੋ ਯੂਨੀਵਰਸਿਟੀਆਂ ਨੇ ਜਿੱਦਾਂ ਮੈਂ ਹੁਣੇ ਜ਼ਿਕਰ ਕਰ ਰਿਹਾ ਸੀ ਵੀ ਸਾਨੂੰ ਜਦੋਂ ਅਸੀਂ ਕਰੋਨਾ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਫਿਰ ਜਿਹੜੇ ਨਿਯਮ ਆ ਉਹਦੇ ਮੁਤਾਬਕ ਚੱਲਣਾ ਪੈਣਾ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ UGC ਨੇ ਪਹਿਲੀ ਨਵੰਬਰ ਤੋਂ ਜਿਹੜਾ ਉਹ ਆਪਣਾ ਸੈਸ਼ਨ ਸ਼ੁਰੂ ਕਰਨ ਦੀ ਪਲਾਨਿੰਗ ਕਰਦੀ ਹੈ ਐਸ ਕੰਪੈਰੀਟਿਬਲੀ ਲੇਟ ਹੈ। ਪਹਿਲਾਂ ਥੋੜਾ ਪਹਿਲਾਂ ਸ਼ੁਰੂ ਹੁੰਦਾ ਸੀ ਕੋਵਿਡ ਕਰਕੇ ਥੋੜਾ ਲੇਟ ਹੈ। ਪਰ ਇਹਦੇ ਨਾਲ ਹੀ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੂੰਗਾ ਤੁਹਾਡੇ ਨਾਲ ਸਾਂਝ ਕਰਨੀ ਚਾਹੂੰਗਾ ਵੀ ਇੱਕ ਕੇਸ ਜਿਹੜਾ ਸੁਪਰੀਮ ਕੋਰਟ ਨੇ ਕੱਲ ਜਿਹੜਾ UGC ਨੂੰ ਡਾਇਰੈਕਟ ਕੀਤੀ ਹੈ ਗੱਲ ਕਿ ਅੱਜ ਇਸ ਸਤੰਬਰ ਦੇ ਵਿੱਚ ਹੀ ਜਿਹੜਾ ਜਿਹੜਾ CBSE 2 ਦੇ ਜਿਹੜੇ ਸਟੂਡੈਂਟਸ ਆ ਜਿਨ੍ਹਾਂ ਦਾ ਕੰਪਾਰਟਮੈਂਟ ਐਗਜ਼ਾਮੀਨੇਸ਼ਨ ਚੱਲ ਰਿਹਾ ਹੈ ਜੀ ਬਿਲਕੁਲ ਤਾਂ ਸੁਪਰੀਮ ਕੋਰਟ ਨੇ UGC ਨੂੰ ਕਿਹਾ ਕਿ ਤੁਸੀਂ ਇਸ ਕੈਲੰਡਰ ਨੂੰ ਵੈਲਿਡ UGC ਨੇ ਕੈਲੰਡਰ ਡਿਕਲੇਅਰ ਕਰਤਾ ਪਰ ਉਹਨਾਂ ਨੇ ਕਿਹਾ ਸੀ ਵੀ ਇਸ ਕੈਲੰਡਰ ਨੂੰ ਤੁਸੀਂ ਰਿਵਿਊ ਕਰੋ ਜੀ ਜੀ ਕਿਉਂਕਿ ਜਿਹੜੇ ਸਟੂਡੈਂਟਸ ਕੰਪਾਰਟਮੈਂਟ ਦਾ ਜਿਹੜਾ ਪੇਪਰ ਦੇ ਰਹੇ ਆ ਜੀ ਜੀ ਉਹਨਾਂ ਨੂੰ ਐਡਮਿਸ਼ਨਸ ਉਸ ਦਾਇਰੇ ਕਿਉਂਕਿ ਸਰ ਕਿਉਂਕਿ ਇਹਨਾਂ ਨੇ 31 ਅਕਤੂਬਰ ਤੈਅ ਕਰ ਦਿੱਤੀ ਹੈ ਕਿ 31 ਅਕਤੂਬਰ ਤੋਂ ਬਾਅਦ ਐਡਮਿਸ਼ਨਸ ਨਹੀਂ ਹੋਣਗੀਆਂ ਜੀ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ CBSE ਨੂੰ ਵੀ ਡਾਇਰੈਕਟ ਕਰਾਂਗੇ ਕਿ ਉਹ ਕੈਲੰਡਰ ਨੂੰ ਨਵੇਂ ਜਦੋਂ CBSE ਉਹਨਾਂ ਨੂੰ ਦੱਸੇਗੀ ਉਸ ਤੰਗ ਨਾਲ ਜਿਹੜਾ ਕੋਰਟ ਸੁਬੀ CBSE ਨੂੰ ਵੀ ਡਾਇਰੈਕਟ ਕਰੇਗਾ ਕਿ ਉਸ ਦਾਇਰੇ ਦੇ ਅੰਦਰ ਜਿਹੜਾ ਛੇਤੀ ਤੋਂ ਛੇਤੀ ਕੰਪਾਰਟਮੈਂਟ ਵਾਲੇ ਜਿਹੜੇ ਸਟੂਡੈਂਟਸ ਹੈ ਉਹਨਾਂ ਦੇ ਰਿਜ਼ਲਟਸ ਡਿਕਲੇਅਰ ਕੀਤੇ ਜਾਣਗੇ ਸੋ ਸਰਕਾਰ ਨੇ ਜਿਹੜੇ ਜਿਹਦਾ ਤੁਸੀਂ ਜਿਹੜੀ ਚਿੰਤਾ વ્યક્ત ਕੀਤੀ ਕੀ ਕਰੋਨਾ ਫੈਲੇਗਾ ਤਾਂ ਜੇ ਤਾਂ ਅਸੀਂ ਨਿਯਮ ਜਿਹੜੇ ਹਨ ਦੀ ਪਾਲਣਾ ਕਰਾਂਗੇ ਡਿਸਟੈਂਸ ਬਣਾ ਕੇ ਰੱਖਾਂਗੇ ਸਕੂਲ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਸਰਕਾਰ ਦੇ ਬਣਾਏ ਨਿਯਮਾਂ ਦੇ ਅਨੁਸਾਰ ਚੱਲਣਗੀਆਂ ਤਾਂ ਫਿਰ ਤਾਂ ਅਸੀਂ ਇਸ ਸੰਕਟ ਤੋਂ ਬਚ ਕੇ ਰਾਵਾਂਗੇ ਨਹੀਂ ਤਾਂ ਫਿਰ ਜਿਹੜੀ ਇਹ ਪ੍ਰੋਬਲਮ ਹੈ ਇਹ ਸੰਕਟ ਤਾਂ ਅਸੀਂ ਫੇਸ ਕਰ ਹੀ ਰਹੇ ਹਾਂ ਸੋ ਇਹਦੇ ਚ ਇਹ ਤੈਅ ਹੈ ਕਿ ਜੇ ਅਸੀਂ ਨਿਯਮ ਮੰਨਾਂਗੇ ਮਰਿਆਦਾ ਚ ਰਾਵਾਂਗੇ ਆਪਣੇ ਆਪ ਨੂੰ ਬਚਾ ਕੇ ਚੱਲਾਂਗੇ ਫਿਰ ਤਾਂ ਇਹ ਜੰਗ ਜਿੱਤ ਲਵੋਗੇ ਨਹੀਂ ਤਾਂ ਫਿਰ ਸੰਕਟ ਵੱਧ ਬਿਲਕੁਲ ਜਿ ਰੋਕ ਕਰਦੇ ਆ ਅਗਲੀ ਖਬਰ ਦੀਵਾਲ ਪੰਜਾਬ ਸਰਕਾਰ ਨੇ ਕਸਟਮ ਮਿਲਿੰਗ ਨੀਤੀ ਦੇ ਵਿੱਚ ਬਦਲਾਵ ਕੀਤਾ ਹੈ ਇਹ ਬਦਲਾਵ ਕੀ ਨੇ ਔਰ ਇਹਨਾਂ ਦੀ ਲੋੜ ਕਿਉਂ ਪਈ ਹੈ ਇਹ ਰੀਮਾ ਜੀ ਇਸ ਤਰ੍ਹਾਂ ਕੀ ਇਹ ਜਿਸ ਤਰ੍ਹਾਂ ਹੁਣ ਨਵੇਂ ਖੇਤੀ ਬਿੱਲ ਵੀ ਆ ਗਏ ਆ ਜੀ ਤੇ ਇੱਕ ਕੋਵਿਡ ਦਾ ਵੀ ਸਿਸਟਮ ਚੱਲ ਰਿਹਾ ਹੈ ਤਾਂ ਸਰਕਾਰ ਨੂੰ ਕੀ ਹੈ ਕਿ ਜਿਹੜੀ ਮੰਡੀ ਕਰਨਾ ਜਿਹੜਾ ਉਹਦੇ ਵਿੱਚ ਜਿਹੜੀ ਹੈ ਬਹੁਤ ਜ਼ਰੂਰਤ ਸੀ ਛੋਨੇ ਦੇ ਵਿੱਚ ਕਿ ਜਿਸ ਤ ਵੈਸੇ ਇੱਕ ਗੱਲ ਦੀ ਖੂਬੀ ਹੈਗੀ ਜਿਹੜੀ ਸੂਬਾ ਸਰਕਾਰ ਹੈ ਇਹਨੇ ਕੋਵਿਡ ਦੇ ਵਿੱਚ ਜਦੋਂ April ਦੇ ਵਿੱਚ ਜਦੋਂ ਕਣਕ ਦੀ ਫਸਲ ਆਈ ਸੀ ਇਹਨੇ ਮਤਲਬ ਬੜੇ ਸਿਸਟਮੈਟਿਕ ਵਿੱਚ ਅੱਛੇ ਤਰੀਕੇ ਨਾਲ ਚੁਕਾਈ ਔਰ ਕਿਸਾਨ ਨੂੰ ਭੁਗਤਾਨ ਵੀ ਹੋਇਆ ਜੀ ਸੋ ਕਿਸਾਨ ਇਸੇ ਸੋਚ ਦੇ ਨਾਲ ਸੂਬਾ ਸਰਕਾਰ ਨੇ ਮੈਨੂੰ ਲੱਗਦਾ ਇਹ ਕੀਤਾ ਇਹਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੇ ਰਾਈਸ ਮਿਲਿੰਗ ਜਿੱਥੇ ਹੁੰਦੀ ਹੈ ਜਾ ਕੇ ਜੀ ਉਹਨਾਂ ਨੂੰ ਹੀ ਮੰਡੀ ਦੇ ਤੌਰ ਤੇ ਉਹਨਾਂ ਦੇ ਜਿਹੜੇ ਯਾਰਡ ਨੇ ਉਹਨਾਂ ਨੂੰ ਮੰਡੀ ਦੇ ਤੌਰ ਤੇ ਵਰਤਣ ਦੀ ਆਗਿਆ ਦੇ ਦਿੱਤੀ ਗਈ ਹੈ ਔਰ ਨਾਲ ਹੀ ਇਹਦੇ ਵਿੱਚ ਉਹਨਾਂ ਨੇ ਜਿਹੜੇ ਰਾਈਸ ਵਿਲਰਸ ਨੂੰ ਇਹ ਵੀ ਛੂਟ ਦਿੱਤੀ ਹੈ ਕਿ ਇੱਕ ਇੱਕ ਕਲੋਸ ਜੇ ਕੁਝ ਕਰਕੇ ਹੈ ਜੇ 12 ਬਾਇ ਸ਼ਾਇਦ ਜੀ ਉਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਤੁਸੀਂ ਬੈਂਕ ਗਰੰਟੀ ਹੈ ਜਿਹੜੀ ਬੈਂਕ ਗਰੰਟੀ ਦਿੰਦੇ ਸੀ ਕਿਉਂਕਿ ਅੱਗੇ ਹੁੰਦਾ ਸੀ ਕਿ ਜਿਹੜੇ ਜਿਹੜੇ ਰਾਈਸ ਸੈਲਰ ਜਿਹੜੇ ਬਲੇ ਲੋਗ ਆ ਉਹ ਅੜਤੀਏ ਵੀ ਸੀ ਉਹਨਾਂ ਦੇ ਉੱਤੇ ਕੁਝ ਬੰਦਸ਼ਾ ਹੁੰਦੀਆਂ ਸੀ ਸੋ ਸਰਕਾਰ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਜਿਹੜੀ ਉਹ ਬੈਂਕ ਗਰੰਟੀ ਜਿਹੜੀ ਆ ਉਹ 10 ਤੋਂ ਘਟਾ ਕੇ 5% ਕਰਤੀ ਹੈ ਔਰ ਉਹਨਾਂ ਨੂੰ ਅਲਾਉ ਕਰ ਦਿੱਤਾ ਕਿ ਤੁਸੀਂ ਆਪਣੇ ਜਿਹੜੀਆਂ ਮੰਡੀਆਂ ਜਿਹੜੇ ਯਾਰਦੋਂ ਮੰਡੀ ਦੇ ਤੌਰ ਤੇ ਵਸ ਸਕੋਗੇ ਸੋ ਇੱਕ ਇੱਕ ਪ੍ਰਬੰਧ ਹੈ ਜਿਹਦਾ ਅੱਛਾ ਦੂਸਰਾ ਇਹਦੇ ਵਿੱਚ ਉਹਨਾਂ ਨੇ ਸਰਕਾਰ ਨੇ ਇਹਦੇ ਨਾਲ ਇੱਕ ਜੁੜਦੀ ਜਿਹੜੀ ਗੱਲ ਹੈਗੀ ਹੈ ਕੀ ਸਰਕਾਰ ਨੇ ਜਿਹੜੀ ਬਾਸਮਤੀ ਦੀ ਫਸਲ ਨੂੰ ਲੈ ਕੇ ਵਪਾਰੀਆਂ ਨੂੰ ਇਹ ਕੀਤਾ ਵੀ ਉਹ ਚ 1% ਜਿਹੜੀ ਹੈ ਉਹ ਜਿਹੜੀ ਰੂਰਲ ਡਵੈਲਪਮੈਂਟ ਤੇ 1% ਮੰਡੀ ਫੀਸ ਵੀ ਘਟਾਈ ਹੈ ਤਾਂ ਕਿ ਜਿਹੜੇ ਨਵਾਂ ਸਿਸਟਮ ਬਣਿਆ ਉਹਦੇ ਵਿੱਚ ਇਹ ਹੈ ਕਿ ਦੂਸਰੇ ਸੂਬਿਆਂ ਦੇ ਨਾਲ ਜਿਹੜਾ ਸਾਡੀ ਬਾਸਮਤੀ ਹੈ ਪੰਜਾਬ ਦੀ ਉਹਦਾ ਇੰਟਰਨੈਸ਼ਨਲ ਮਾਰਕੀਟ ਚ ਕੰਪੀਟੀਸ਼ਨ ਕਰਨਾ ਔਖਾ ਹੋ ਜਾਏਗਾ। ਉਹ ਚ ਲਗਭਗ 100 ਕਰੋੜ ਰੁਪਏ ਦੀ ਜਿਹੜੀ ਰਾਹਤ ਹੈ ਉਹ ਵਪਾਰੀਆਂ ਨੂੰ ਰਾਈਸ ਸੈਲਰਸ ਮਿਲਰਸ ਨੂੰ ਉਹ ਗਈ ਹੈ। ਪਰ ਸਰਕਾਰ ਨੇ ਨਾਲ ਨਾਲ ਇਹ ਵੀ ਕਿਹਾ ਵੀ ਜਿਹੜੇ ਲੋਕ ਇਹਨੂੰ ਐਕਸਪੋਰਟ ਕਰਨਗੇ ਜੀ ਉਹ ਫਿਰ ਫੀਸ ਵਾਪਸੀ ਵਾਲੀ ਗੱਲ ਨਹੀਂ ਕਰਨਗੇ ਅਗੇ ਫੀਸ ਵਾਪਸੀ ਦੀ ਡਿਮਾਂਡ ਹੁੰਦੀ ਸੀ। ਉਹ ਸਰਕਾਰ ਨੇ ਇੱਕ ਸ਼ਰਤ ਰੱਖੀ ਹੈ ਔਰ ਇਹ ਬੜੀ ਵੱਡੀ ਰਾਹਤ ਹੈ ਜਿਹੜੀ ਹੈ ਇਹ ਮਿਲੇਗਾ ਔਰ ਚੰਗਾ ਪ੍ਰਬੰਧ ਹੈ ਮੈਂ ਕਹਾਂਗਾ ਸੂਬਾ ਸਰਕਾਰ ਨੇ ਕੀਤਾ। ਜੀ ਜੀ ਜਾਂਦੇ ਜਾਂਦੇ ਛੋਟੀ ਜੀ ਖਬਰ ਨੂੰ ਅਸੀਂ ਖਬਰ ਕਾਫੀ ਵੱਡੀ ਹੈ ਲੇਕਿਨ ਉਹਨੂੰ ਛੋਟੇ ਸ਼ਬਦਾਂ ਦੇ ਵਿੱਚ ਅਸੀਂ ਕਰਨਾ ਚਾਹਾਂਗੇ ਕਿ ਪੂਰਬੀ ਲਦਾਖ ਦੇ ਵਿੱਚ ਐਲਐਸਸੀ ਤੇ ਬਣੇ ਤਣਾ ਨੂੰ ਦੂਰ ਕਰਨ ਦੇ ਲਈ ਹੁਣ ਦੋਵਾਂ ਸੈਨਾਵਾਂ ਦੇ ਵਿੱਚ ਸਹਿਮਤੀ ਬਣ ਗਈ ਹੈ ਭਾਰਤ ਤੇ ਚੀਨ ਨੇ ਕਿਹਾ ਕਿ ਅਸੀਂ ਆਪਣੀਆਂ ਸੈਨਾਵਾਂ ਨੂੰ ਪਿੱਛੇ ਹਟਾਵਾਂਗੇ ਕਿਵੇਂ ਦੇਖਦੇ ਨੇ ਦੇਖੋ ਬਿਹਤਰ ਸੰਕੇਤ ਹੈ ਜਿਹੜਾ ਹੈਗਾ ਪਰ ਜਦੋਂ ਅਸੀਂ ਚੀਨ ਦੀ ਭੂਮਿਕਾ ਜਦੋਂ ਅਸੀਂ ਜਦੋਂ ਅਸੀਂ ਚੀਨ ਦੀ ਭੂਮਿਕਾ ਦੀ ਗੱਲ ਕਰਦੇ ਆਂ ਕਿ ਚੀਨ ਇੱਕ ਪਾਸੇ ਗੱਲ ਕਰਦਾ ਦੂਸਰੇ ਪਾਸੇ ਉਹ ਅੱਗੇ ਵਧਦਾ ਸੋ ਹਲੇ ਤੱਕ ਇਹ ਗੱਲ ਸਪਸ਼ਟ ਨਹੀਂ ਹੋਈ ਕਿ ਚੀਨ ਕਿੱਥੇ ਤੱਕ ਵਧਿਆ ਸੀ ਇਹ ਚੀਨ ਅੱਗੇ ਵਧਿਆ ਸੀ ਤੇ ਇਟ ਮੀਨਸ ਕਿ ਅਸੀਂ ਇਹ ਗੱਲ ਨੂੰ ਹੁਣ ਅਜੇ ਮੰਨ ਲੈ ਕੇ ਇਸ ਤੋਂ ਅੱਗੇ ਨਹੀਂ ਵਧਾਂਗੇ ਦੂਸਰੇ ਪਾਸੇ ਚੀਨ ਨੇ ਪਿੱਛੇ ਜੋ ਸਾਹਮਣੇ ਆ ਸੈਟੇਲਾਈਟ ਰਿਪੋਰਟ ਦੇ ਵਿੱਚ ਕਿ 200 ਤੋਂ ਵੱਧ ਜਿਹੜੇ 에ਅਰ ਬੇਸ ਉਹਨੇ ਬਣਾਏ ਆ ਔਰ ਹੁਣ ਹੈਲੀਪੈਡ ਵੀ ਬਣਾ ਰਿਆ ਸੋ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜਾ ਚੀਨ ਹੈ ਕਿਉਂਕਿ ਚੀਨ ਦੇ ਜਿਹੜੇ ਰਾਸ਼ਟਰਪਤੀ ਉਹਨਾਂ ਨੇ ਕੱਲ ਵਰਚੁਅਲ ਮੀਟਿੰਗ ਜਿੱਥੇ ਪ੍ਰਧਾਨ ਮੰਤਰੀ ਸਾਡੇ ਬੋਲੇ ਸੀ WHO ਚ ਉੱਥੇ ਚੀਨ ਦੇ ਰਾਸ਼ਟਰਪਤੀ ਨੇ ਵੀ ਕਿਹਾ ਕਿ ਅਸੀਂ ਆਪਣੀ ਸਾਡਾ ਨਿਤ੍ਰਤਵ ਜਿਹੜਾ ਉਹ ਵਿਸਤਾਰਵਾਦੀ ਸੋਚ ਹੁਣ ਨਹੀਂ ਰੱਖਦਾ ਇਸ ਕਰਕੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਚੀਨ ਸ਼ਾਇਦ ਜਿਹੜਾ ਉਹ ਆਪਣੇ ਵਚਨ ਤੇ ਕਾਇਮ ਰਹੇਗਾ ਬਿਲਕੁਲ ਜੀ ਇਸ ਦੇ ਨਾਲ ਹੀ ਖਬਰਾਂ ਦੀ ਸਮੀਖਿਆ ਨੂੰ ਇੱਥੇ ਸਮੇਟ ਦਿਆਂ ਰਕੇਸ਼ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ